ਉਹਨਾਂ ਦੇ ਉੱਤੇ ਬਾਹਿਆ ਤਰ੍ਹਾਂ ਦੇ ਗਾਣੇ ਨਹੀਂ ਲਿਖੇ ਤੇ ਨਾ ਮੈਂ ਲਿਖਦਾ ਨਾ ਮੈਂ ਗੁਣਗੁਣਾਉਂਦਾ ਤੇ ਨਾ ਹੀ ਮੈਂ ਗੁਣਗੁਣਾਉਂਦਾ ਰੇਂਜ ਹੈਗਾ ਇੱਕ ਮੈਨੂੰ ਇਸ ਗੱਲ ਦੇ ਉੱਤੇ ਅੱਜ ਦੇ ਮੀਡੀਆ ਦੇ ਉੱਤੇ ਇਹ ਬੜਾ ਵੱਡਾ ਇਤਰਾਜ਼ ਹੈਗਾ ਕਿ ਸਾਡੇ ਲੋਕਾਂ 'ਚ ਇੰਨਾ ਖੌਫ ਕਿਉਂ ਪਾਇਆ ਜਾਂਦਾ ਕਿ ਮੇਰੇ ਮਨ 'ਚ ਭੋਰਾ ਵੀ ਮੇਰੀ ਫੈਮਿਲੀ ਦੇ ਮਨ ਦੇ ਵਿੱਚ ਭੋਰਾ ਵੀ ਕਰੋਨਾ ਦਾ ਖੌਫ ਜਿੰਨੀਆਂ ਵੀ ਐਲੋਪੈਥੀ ਮੈਡੀਸਨਸ ਨੇ ਕਦੇ ਵੀ ਆਪਦੇ ਸਿੰਗਲ ਪਿਲ ਵੀ ਮੂੰਹ ਦੇ ਵਿੱਚ ਨਹੀਂ ਪਾਏ ਕਿਉਂ ਕ੍ਰਿਕਟ ਸਕੋਰਾਂ ਵਾਂਗੂ ਸਾਨੂੰ ਇੱਕ ਇੱਕ ਚੀਜ਼ ਦੱਸੀ ਜਾ ਰਹੀ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਟੀ ਬੀ ਦਾ 1300 ਬੰਦਾ ਡੇਲੀ ਮਰਦਾ ਹੈ ਇਹ ਗੌਰਮੈਂਟ ਦਾ ਡਾਟਾ ਹੈ ਇਹ ਮੇਰਾ ਡਾਟਾ ਨਹੀਂ ਹੈਗਾ 6 ਲੱਖ ਤੋਂ ਵੱਧ ਬੰਦਾ ਹਰ ਸਾਲ ਮਰਦਾ ਹੈ ਕਦੇ ਕਿਸੇ ਨੂੰ ਪਤਾ ਹੈ ਕਿ ਟੀ ਬੀ ਦਾ ਬੰਦਾ ਕਿੱਥੇ ਕਿਹੜੇ ਘਰ 'ਚ ਮਰ ਗਿਆ ਇਹ ਜਿੰਨੀਆਂ ਫਾਰਮਾਸਿਟੀਕਲਸ ਕੰਪਨੀਆਂ ਨੇ ਇਹ ਲੋਕਾਂ 'ਚ ਖੌਫ ਪੈਦਾ ਕਰਦੀਆਂ ਨੇ ਡਰਾ ਪੈਦਾ ਕਰਦੀਆਂ ਨੇ ਤਾਂ ਕਿ ਅਸੀਂ ਅਪਦੀਆਂ ਜੋ ਸਾਡੇ ਹਿੰਦੁਸਤਾਨ ਦੀਆਂ ਮੈਡੀਸਨਸ ਨੇ ਸਾਡੇ ਕੋਲ ਆਰਿਆਵੈਦ ਹੈਗਾ ਸਾਡੇ ਕੋਲ ਨੈਚੁਰਲ ਪੈਥੀ ਹੈਗੀ ਅਸੀਂ ਹੋਮੋਪੈਥੀ ਨੂੰ ਮੰਨਦੇ ਹਾਂ ਸਾਡੇ ਇੱਥੇ ਜਦੋਂ ਕਿਸੇ ਬੰਦੇ ਨੂੰ ਕਹਿੰਦੇ ਨੇ ਜੀ ਇਹਨੂੰ ਕਰੋਨਾ ਹੋ ਗਿਆ ਤੇ ਉਹ ਤੋਂ ਪੁੱਛਿਆ ਹੀ ਨਹੀਂ ਜਾ ਰਿਹਾ ਕਿ ਤੇਰਾ ਇਲਾਜ ਤੂੰ ਕਿਸ ਪੈਥੀ 'ਚ ਕਰਨਾ ਚਾਹੁੰਦੇ ਜਾਂ ਬਾਹਰਲੇ ਮੁਲਕਾਂ ਵਾਲੇ ਸਾਡੀਆਂ ਪੈਥੀਆਂ ਯੂਜ਼ ਕਰਕੇ ਠੀਕ ਹੋ ਰਹੇ ਨੇ ਤੇ ਅਸੀਂ ਆਪਦੀਆਂ ਪੈਥੀਆਂ 'ਤੇ ਯਕੀਨ ਨਹੀਂ ਕਰ ਰਹੇ ਮੈਂ ਪੰਜਾਬੀ ਹਾਂ ਅਤੇ ਮੈਨੂੰ ਫਖਰ ਹੈ ਮੇਰੇ ਪੰਜਾਬੀ ਹੋਣ 'ਤੇ ਅਤੇ ਮੈਂ ਆਹ ਫਟਕਾ ਵੀ ਆਪਦੇ ਗੱਲ 'ਚ ਇਸੇ ਕਰਕੇ ਪਾਇਆ ਇਹਦੇ 'ਤੇ ਪੂਰਾ ਊੜਾ ਆੜਾ ਇੜੀ ਸਸਾ ਹਾ ਕੱਕਾ ਕੱਕਾ ਗੱਗਾ ਗੱਗਾ ਆਈਆਂ ਚੱਚਾ ਚੱਚਾ ਚੱਜਾ ਚੱਜਾ ਉਹ ਸਾਰਾ ਕੁਛ ਇਹਦੇ ਲਿਖਿਆ ਹੋਇਆ ਅਤੇ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਸਾਡੀ ਮਾਂ ਬੋਲੀ ਹੈ ਹੈਂ ਅਤੇ ਮੈਂ ਆਪਦੀ ਮਾਂ ਤੋਂ ਸਿੱਖੀ ਹੈ ਸੋ ਔਰਗੈਨਿਕ ਸਾਰੀਆਂ ਸਬਜ਼ੀਆਂ ਤਿਆਰ ਕਰਦਾ ਮਤਲਬ ਕਿ ਜਿਹਦੇ 'ਚ ਕੋਈ ਨੋਟ ਏ ਸਿੰਗਲ ਪੈਸਟੀਸਾਈਡ ਮੋਰਨਿੰਗ ਈਵਨਿੰਗ ਆਪਣੀ ਵਾਕ ਜੋੜ ਕੇ 9 ਤੋਂ 10 ਕਿਲੋਮੀਟਰ ਜਿਹੜੀ ਹੈਗੀ ਹੈ ਮੈਂ ਉਹ ਸੈਰ ਕਰਦਾ ਡੇਲੀ ਹੁੰਨੀ ਮੈਂ ਪਾਣੀ ਹੁੰਨੀ ਮੈਂ ਪਾਣੀ ਭਰਨੀਆਂ ਪੱਤਣੋ ਬੜੇ ਨੈਣ ਹੋ ਬੜੇ ਨੈਣ ਨਾਰੇ ਦੇ ਤੱਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਵੈਲਕਮ ਹੈ ਜੀ ਤੁਹਾਡਾ ਇਨ ਮਾਈ ਸ਼ੋ ਐਂਡ ਸਰ ਬੇਸਿਕਲੀ ਮੈਂ ਨਾ ਆਪਣੀ ਵੀਡੀਓ ਦੇਖੀ ਜੋ ਆਪਣੇ ਸੁਬਹ ਭੇਜੀ ਦੀ ਐਂਡ ਇਟ ਇਜ਼ ਬੇਲਾਂ ਲੱਗਣੀਆਂ ਨੇ ਕੱਦੂ ਚੱਪਣ ਕੱਦੂ ਹੈ ਤਾਂ ਫਿਰ ਵੀ ਜੱਟਾਂ ਦੇ ਮੁੰਡੇ ਆ ਨੀ ਮੈਂ ਪੁੱਤ ਤਾਂ ਜੱਟ ਦਾ ਨੀ ਕਮਲਿਓ ਰੰਗ ਨੇ ਸਾਧ ਬਣਾਤਾ ਮੇਰੇ ਘਰ ਇੰਨਾ ਕੁ ਫਰੂਟ ਲੱਗਿਆ ਹੋਇਆ ਕਿ ਮੇਰੇ ਕੋਲੇ 3 ਤੇ ਵੱਡੇ ਦਰਖਤ ਅੰਬ ਦੇ ਨੇ ਵੱਖ ਵੱਖ ਕਿਸਮਾਂ ਦੇ ਅੱਛਾ ਮੈਨੂੰ ਘੱਟੋ ਘੱਟ ਨਹੀਂ ਤਾਂ ਮੈਂ 1 ਕੁਇੰਟਲ ਆਪਦੇ ਸੀਜ਼ਨ ਦੇ ਵਿੱਚ ਅੰਬਾਂ ਦਾ ਲੁਤਫ ਲੈਂਦਾ ਤੇ 2 ਮੇਰੇ ਕੋਲੇ ਅਮਰੂਦ ਨੇ ਇੱਕ ਅਲਾਹਾਬਾਦੀ ਅਮਰੂਦ ਹੈਗਾ ਤੇ ਇੱਕ ਅਮਰੂਦ ਜਿਹੜਾ ਹੈਗਾ ਰੈੱਡ ਗਾਵਾ ਹੈ ਤੇ ਉਸੇ ਤਰ੍ਹਾਂ ਮੇਰੇ ਕੋਲੇ 3 ਬੂਟੇ ਕੀਨੂ ਦੇ ਲੱਗੇ ਹੋਏ ਨੇ ਘਰ 'ਚ ਤੇ ਇੱਕ ਲੀਚੀ ਦਾ ਲੱਗਿਆ ਹੋਇਆ ਇੱਕ ਚੀਕੂ ਦਾ ਲੱਗਿਆ ਹੋਇਆ ਇੱਕ ਆੜੂ ਦਾ ਲੱਗਿਆ ਹੋਇਆ ਸੋ ਪਲੱਸ ਮੈਂ ਆਪਦੇ ਮਤਲਬ ਕਿ ਘਰ ਦੇ ਵਿੱਚ ਜਿਹੜਾ ਆਪਦੀ ਕਿਚਨ ਗਾਰਡਨਿੰਗ ਹੈ ਉਹਦੇ ਲਈ ਇੱਥੇ ਹੀ ਫਾਰਮਿੰਗ ਕਰਦਾ ਹੁਣ ਕਹਿੰਦੇ ਨੇ ਇਸ ਕਰੋਨਾ ਦੀ ਵਜ੍ਹਾ ਕਰਕੇ ਮੂਲੀਆਂ ਮੂਲੀਆਂ ਨੂੰ ਵਾੜੀਦਾ ਨਹੀਂ ਘਰੇ ਤੇ ਇਹ ਆਪ ਹੀ ਫਿਰ ਕਹਿੰਦੇ ਨੇ ਜਿਹੜਾ ਹੈਗਾ ਐਤਕੀ ਸਾਰੇ ਸੀਡਸ ਲਾਏ ਨੇ ਤੇ ਆਪ ਹੀ ਉਹਨੂੰ ਗੁੱਡਿਆ ਆਪ ਹੀ ਤਿਆਰ ਕੀਤਾ ਸੋ ਔਰਗੈਨਿਕ ਸਾਰੀਆਂ ਸਬਜ਼ੀਆਂ ਤਿਆਰ ਕਰਦਾ ਮਤਲਬ ਕਿ ਜਿਹਦੇ 'ਚ ਕੋਈ ਨੋਟ ਏ ਸਿੰਗਲ ਪੈਸਟੀਸਾਈਡ ਕਿਸੇ ਕਿਸਮ ਦਾ ਪੈਸਟੀਸਾਈਡ ਨਹੀਂ ਉਹਦੇ 'ਚ ਪਾਉਂਦਾ ਕੋਈ ਉਹਦੇ ਉੱਤੇ ਫਰਟੀਲਾਈਜ਼ਰ ਨਹੀਂ ਪਾਉਂਦਾ ਫਰਟੀਲਾਈਜ਼ਰ ਵੀ ਘਰੇ ਤਿਆਰ ਕਰਦਾ ਜਿੰਨੇ ਮੇਰੇ ਫਰੂਟਸ ਦਾ ਪਾਰਟ ਹੁੰਦਾ ਹੈ ਤੇ ਪਲੱਸ ਵੈਜੀਟੇਬਲਸ ਦਾ ਪਾਰਟ ਉਹਨਾਂ ਨੂੰ ਇੱਕ ਵੱਡੇ ਡਰੰਮਾਂ ਦੇ ਵਿੱਚ ਅਸੀਂ ਜਮ੍ਹਾਂ ਕਰਦੇ ਹਾਂ ਜਦੋਂ ਫੁੱਲ ਹੋ ਜਾਂਦੇ ਨੇ ਉਹਨਾਂ ਨੂੰ ਧਰਤੀ 'ਚ ਦੱਬ ਦਿੰਦੇ ਹਾਂ ਤੇ ਉਹ ਸਾਡੀ ਜਿਹੜੀ ਹੈਗੀ ਹੈ ਫਰਟੀਲਾਈਜ਼ਰ ਤਿਆਰ ਹੋ ਜਾਂਦੀ ਹੈ ਸਰ ਸੁਪਰ ਪਰ ਮੈਂ ਸਰ ਤੁਹਾਡੇ ਨਾਲ ਬੜਾ ਖਫਾ ਵਾਂ ਬਹੁਤ ਨਾਰਾਜ਼ਗੀ ਤੁਹਾਡੇ ਉਹ ਕਿਸ ਗੱਲ ਦੀ ਹੈ ਸਰ ਨਾਰਾਜ਼ਗੀ ਹੈ ਮੈਂ ਕਈ ਸਾਲ ਹੋ ਗਏ ਸਾਨੂੰ ਮਿਲੇ ਠੀਕ ਹੈ ਕਈ ਸਾਲ ਹੋ ਗਏ ਸਾਨੂੰ ਜਾਣਦੇ ਲੇਕਿਨ ਤੁਸੀਂ ਇੱਕ ਵਾਰੀ ਵੀ ਆਪਣੇ ਖੇਤਾਂ ਦੇ ਔਰਗੈਨਿਕ ਖੇਤਾਂ ਦੇ ਤੁਸੀਂ ਫਰੂਟਸ ਨਹੀਂ ਖਿਲਾਏ ਫਲ ਨਹੀਂ ਖਿਲਾਏ ਫਰੂਟਸ ਨਹੀਂ ਖਿਲਾਏ ਸਬਜ਼ੀਆਂ ਨਹੀਂ ਖਿਲਾਈਆਂ ਇਹ ਕਿਉਂ ਸਰ ਨਹੀਂ ਗੱਲ ਇਹ ਹੈਗੀ ਹੈ ਕਿ ਤੁਸੀਂ ਕਦੇ ਆਉਂਦੇ ਹੀ ਨਹੀਂ ਇੱਥੇ ਮੇਰੇ ਕੋਲੇ
ਜਦੋਂ ਸੀਜ਼ਨ ਹੋਣਾ ਤੇ ਐਤਕੀ ਅੰਬ ਚਪਾ ਦਿਆਂਗੇ ਆ ਜੀ ਮੈਂ ਸਰ ਹੁਣ ਵਾਦਾ ਰਿਹਾ ਜਿੱਦਾਂ ਹੀ ਲੋਕਡਾਊਨ ਖੁੱਲੇਗਾ ਨਾ ਆਈ ਵੈਲਕਮ 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 ਪਟਿਆਲੇ ਹਾਂ ਇਹ ਪਟਿਆਲੇ ਕਹਿੰਦੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਕਿਨੂੰ ਹੁਣ ਖਤਮ ਹੋ ਚੁੱਕੇ ਨੇ ਤੇ 12 ਮਹੀਨੇ 3 ਦਿਨ ਨਿੰਬੂ ਘਰ ਚ ਲੱਗਦਾ ਕੋਈ ਆਉਂਦਾ ਬੰਦਾ ਸੀ ਸਕੰਜ ਵੀ ਬਣਾ ਕੇ ਦਿੰਦੇ ਆ ਉਹਨੂੰ ਅੱਛਾ ਸੋ ਇਨਫੈਕਟ ਮੈਂ ਜਾਊਂਗਾ ਇਨਕੇ ਸਰ ਕੇ ਘਰ ਵੀ ਜਾਊਂਗਾ ਔਰ ਪਟਿਆਲਾ ਜਾਊਂਗਾ ਲੋਕਡਾਊਨ ਖੁੱਲਣੇ ਕੇ ਬਾਅਦ ਜਾਊਂਗਾ ਐਂਡ ਆਈ ਐਮ ਵੈਰੀ ਐਕਸਾਈਟਿਡ ਸਰ ਸੋ ਲੋਕਡਾਊਨ ਕਿੱਦਾਂ ਦਾ ਜਾ ਰਿਹਾ ਤੁਹਾਡਾ ਬੇਸਿਕਲੀ ਫਰੋਮ ਸੋ ਮੈਨੀ ਬਹੁਤ ਹੀ ਅੱਛਾ ਰੀਅਲੀ ਆਈ ਇੰਜੋਏ ਫਸਟ ਆਫ ਆਲ ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਮੈਂ ਅਰਲੀ ਮਾਰਨਿੰਗ ਜਦੋਂ ਮੈਂ ਉੱਠਦਾ ਹੈਗਾ ਮੈਂ ਆਪਦੀ ਆਰਾਧਨਾ ਕਰਦਾ ਸਾਰਿਆਂ ਦੇ ਲਈ ਸਰਬੱਤ ਦੇ ਭਲੇ ਲਈ ਤੇ ਉਸ ਤੋਂ ਮਗਰੋਂ ਮੈਂ ਆਪਦੀ ਸੁਰ ਸਾਧਨਾ ਕਰਦਾ ਆਪਦਾ ਰਿਆਜ਼ ਕਰਦਾ ਤੇ ਰਿਆਜ਼ ਕਰਨ ਤੋਂ ਮਗਰੋਂ ਫਿਰ ਮੈਂ ਆਪਦੀ ਵਾਕ ਕਰਦਾ ਮੇਰਾ ਘਰ ਜਿਹੜਾ ਹੈਗਾ ਉਹ ਰਾਊਂਡ ਅਬਾਊਟ ਜਿਹੜਾ ਹੈਗਾ ਹਾਫ ਏਕੜ ਦੇ ਵਿੱਚ ਹੈਗਾ ਤੇ ਮੈਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ ਜਿਹਦੇ ਚ ਮੈਂ ਮਾਰਨਿੰਗ ਈਵਨਿੰਗ ਆਪਣੀ ਵਾਕ ਜੋੜ ਕੇ 9 ਤੋਂ 10 ਕਿਲੋਮੀਟਰ ਜਿਹੜੀ ਹੈਗੀ ਹੈ ਮੈਂ ਉਹ ਸੈਰ ਕਰਦਾ ਡੇਲੀ ਆਈ ਹੈਵ ਮਾਈ ਹੋਮ ਜਿਮ ਹਾਂਜੀ ਹਾਂ ਤੇ ਮੇਰਾ ਆਪਦਾ ਹੋਮ ਜਿਮ ਹੈਗਾ ਤੇ ਫਿਰ ਅੱਧਾ ਪੌਣਾ ਘੰਟਾ ਮੈਂ ਉਹਦੇ ਚ ਸਪੈਂਡ ਕਰਦਾ ਸੋ ਪਲੱਸ ਦੁਪਹਿਰ ਵੇਲੇ ਆਈ ਇੰਜੋਏ ਟੂ ਰੀਡ ਦਾ ਬੁੱਕਸ ਮੈਂ ਬਹੁਤ ਕਿਤਾਬਾਂ ਪੜ੍ਹਦਾ ਮੇਰੀ ਆਪਦੀ ਲਾਇਬ੍ਰੇਰੀ ਹੈਗੀ ਹੈ ਉਸਦੇ ਵਿੱਚ ਇੰਨਾ ਕੁ ਲਿਟਰੇਚਰ ਇੰਨੀਆਂ ਕੁ ਅੱਛੀਆਂ ਬੁੱਕਸ ਇੰਨੇ ਕੁ ਅੱਛੇ ਲੋਕਾਂ ਦੀਆਂ ਬੁੱਕਸ ਰੱਖੀਆਂ ਹੋਈਆਂ ਨੇ ਤੇ ਉਹਨਾਂ ਨੂੰ ਮੈਂ ਅਲੱਗ ਅਲੱਗ ਤਰ੍ਹਾਂ ਥੋੜੀ ਜਿਹੀ ਉਹ ਪੜ੍ਹ ਲੈਣੀ ਹੈ ਉਹਨੂੰ ਰੱਖ ਲੈਣਾ ਤੇ ਅੱਜ ਮੈਂ ਨੈਕਸਟ ਪੜ੍ਹਨਾ ਉਹਦੇ ਚੈਪਟਰ ਪੜ੍ਹਨੇ ਨੇ ਸੋ ਇਸ ਤਰ੍ਹਾਂ ਕਰਕੇ ਮੈਂ ਜਿਹੜਾ ਆਪਦਾ ਲੋਕਡਾਊਨ ਪੀਰੀਅਡ ਹੈਗਾ ਮੈਂ 1 ਇੰਚ ਵੀ ਆਪਦੇ ਘਰ ਤੋਂ ਬਾਹਰ ਨਹੀਂ ਗਿਆ ਐਂਡ ਕਾਫੀ ਕੁਝ ਸਿੱਖਿਆ ਹੋਣਾ ਹੈ ਆਈ ਫੋਲੋ ਅਪ ਟੂ ਦਾ ਮਤਲਬ ਕਿ ਜਿੰਨੇ ਵੀ ਸਾਡੀਆਂ ਇੰਸਟਰਕਸ਼ਨਸ ਨੇ ਗਵਰਨਮੈਂਟ ਆਫ ਇੰਡੀਆ ਦੀਆਂ ਗਵਰਨਮੈਂਟ ਪੰਜਾਬ ਦੀਆਂ ਕਰਫਿਊ ਲੱਗਿਆ ਹੋਇਆ ਉਹਨੂੰ ਪੂਰਾ ਉਹਨੂੰ ਫੋਲੋ ਅਪ ਕਰ ਰਹੇ ਹਾਂ ਪਰ ਨਾਲ ਨਾਲ ਇੱਕ ਗੱਲ ਇਹ ਵੀ ਕਹਿਣਾ ਕਿ ਮੇਰੇ ਮਨ ਚ ਭੋਰਾ ਵੀ ਮੇਰੀ ਫੈਮਿਲੀ ਦੇ ਮਨ ਦੇ ਵਿੱਚ ਭੋਰਾ ਵੀ ਕਰੋਨਾ ਦਾ ਖੌਫ ਨਹੀਂ ਇਸ ਕਰਕੇ ਨਹੀਂ ਹੈਗਾ ਕਿ ਮੇਰੀ ਫੈਮਿਲੀ ਦੇ ਅੰਦਰ ਸਾਡਾ ਜਿਹੜਾ ਇਮਿਊਨ ਸਿਸਟਮ ਅਸੀਂ ਇੰਨਾ ਕੁ ਨੈਚੁਰਲ ਡਾਇਟ ਖਾ ਕੇ ਉਹਨੂੰ ਸਟਰੋਂਗ ਕੀਤਾ ਹੋਇਆ ਕਿ ਮੈਨੂੰ ਕੋਈ ਵਰਡ ਨਹੀਂ ਹੈਗੀ ਇਹ ਸਾਰੀਆਂ ਚੀਜ਼ਾਂ ਤੋਂ ਕਿਉਂਕਿ ਮੈਂ ਡਾਕਟਰ ਵਿਸ਼ਵ ਰੂਪ ਰਾਏ ਚੌਧਰੀ ਜਿਹਨਾਂ ਨੂੰ ਪਿਛਲੇ ਮੋਰ ਦੈਨ ਟੂ ਈਅਰਸ ਸਬਕ 2 ਸਾਲ ਹੋ ਗਏ ਨੇ ਮੇਰੀ ਹੁਣ ਤੇ ਉਹਨਾਂ ਨਾਲ ਅੱਛੀ ਫਰੈਂਡਸ਼ਿਪ ਵੀ ਹੈਗੀ ਆ ਤੇ ਮੈਂ ਉਹਨਾਂ ਨੂੰ ਫੋਲੋ ਅਪ ਕਰਦਾ ਤੇ ਉਹਨਾਂ ਨੂੰ ਫੋਲੋ ਅਪ ਕਰਕੇ ਮੈਂ ਸਾਰੀਆਂ ਜਿੰਨੀਆਂ ਵੀ ਐਲੋਪੈਥੀ ਮੈਡੀਸਿਨਸ ਨੇ ਕਦੇ ਵੀ ਆਪਦੇ ਸਿੰਗਲ ਪਿਲ ਵੀ ਮੂੰਹ ਦੇ ਵਿੱਚ ਨਹੀਂ ਪਾਈ ਤੇ ਨਾ ਹੀ ਮੇਰੇ ਘਰ 'ਚ ਕੋਈ ਖਾਂਦਾ ਨਾ ਮੇਰੀ ਵਾਈਫ ਨਾ ਮੇਰੇ ਬੱਚੇ ਸੋ ਆਈ ਇੰਜੋਏ ਦਾ ਲਾਈਫ ਤੇ ਇਸੇ ਕਰਕੇ ਕਹਿੰਦੇ ਨੇ ਜਿਹੜਾ ਹੈਗਾ ਮੈਂ ਹਰ ਬੰਦੇ ਨੂੰ ਇਹ ਗੁਜ਼ਾਰਿਸ਼ ਕਰਦਾ ਕਿ ਸਾਨੂੰ ਆਪਦੀ ਡਾਇਟ ਦੇ ਉੱਤੇ ਕੰਸਨਟ੍ਰੇਟ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਅੱਜ ਅੱਛੀ ਡਾਇਟ ਖਾਵਾਂਗੇ ਤੇ ਫਿਰ ਅਸੀਂ ਗੋਲੀਆਂ ਤੋਂ ਬਚ ਜਾਵਾਂਗੇ ਆਈ ਵਾਂਟ ਕੀ ਯਾਰ ਜਿੱਦਾਂ ਸਰ ਤੁਹਾਡੇ ਘਰੇ ਆਰਗੈਨਿਕ ਸਾਰੀ ਚੀਜ਼ਾਂ ਲੱਗੀਆਂ ਮੈਂ ਚਾਹੁੰਦਾ ਪੂਰੇ ਇੰਡੀਆ ਸਭ ਕੁਝ ਆਰਗੈਨਿਕ ਹੋ ਰਿਹਾ ਇੱਕ ਵਾਰੀ ਦੁਬਾਰਾ ਤੋਂ ਪੁਰਾਣੀ ਗ੍ਰੀਨ ਰੈਵੋਲੂਸ਼ਨ ਆਰਗੈਨਿਕ ਰੈਵੋਲੂਸ਼ਨ ਆ ਰਿਹਾ ਸਰ ਸੋ ਦੈਟਸ ਵਾਟ ਆਈ ਵਾਂਟ ਦੈਟਸ ਵਾਟ ਐਵਰੀ ਇੰਡੀਅਨ ਵਾਂਟਸ ਨਾਉ ਬਿਕਾਜ਼ ਐਵਰੀਵਨ ਵਾਂਟਸ ਟੂ ਕੀਪ ਥੈਮਸੈਲਫ ਫਿਟ ਨਹੀਂ ਦੇਖੋ ਇਹ ਰਿਵਾਈਵਲ ਹੋਣੀ ਹੁੰਦੀ ਹੈ ਇਟਸ ਅ ਲਾਈਫ ਸਾਈਕਲ ਅਸੀਂ ਸਾਰਾ ਕੁਝ ਦੇਖ ਲਿਆ ਸੈਂਸ ਵੇਖ ਲਈ ਐਵਰੀਥਿੰਗਸ ਵੀ ਹੈ ਤੇ ਅਸੀਂ ਆਪਦੇ ਆਪ ਨੂੰ ਮਾਡਰਨ ਖੇਤੀ ਚ ਮਾਡਰਨ ਕਰਕੇ ਵੇਖ ਲਿਆ ਉਹਦੇ ਚ ਅਸੀਂ ਵੱਧ ਤੋਂ ਵੱਧ ਬਿਮਾਰੀਆਂ ਨੂੰ ਵੈਲਕਮ ਕੀਤਾ ਹੈ ਥਰੂ ਦਾ ਪੈਸਟੀਸਾਈਡਸ ਥਰੂ ਦਾ ਫਰਟੀਲਾਈਜ਼ਰਸ ਥਰੂ ਦਾ ਸੀਡਸ ਤੋਂ ਇਸ ਕਿਸਮ ਦਾ ਜਿਹੜਾ ਹੈਗਾ ਅਸੀਂ ਗੁਨਾਹ ਕੀਤੇ ਨੇ ਸੋ ਉਹਦੇ ਚੋਂ ਅਸੀਂ ਬਚ ਤਾਂ ਹੀ ਸਕਦੇ ਹਾਂ ਜੇ ਅਸੀਂ ਨੈਚੁਰਲ ਫੂਡ ਕੁਦਰਤ ਨੇ ਕੀ ਬਣਾਇਆ ਮੈਂ ਇਹੀ ਦੱਸਣਾ ਚਾਹੁੰਦਾ ਕਿ ਕੁਦਰਤ ਨੇ ਸਾਡੇ ਸਾਰਿਆਂ ਦੇ ਲਈ ਬਹੁਤ ਕੁਛ ਬਣਾਇਆ ਕੁਦਰਤ ਨੇ ਫਲ ਬਣਾਏ ਪਰ ਜਿਹੜੇ ਬਹੁਤ ਮਿਲੀਨੀਅਰਸ ਬੰਦੇ ਨੇ ਉਹ ਵੀ ਡੇਲੀ ਫਲ ਨਹੀਂ ਖਾਂਦੇ ਕੁਦਰਤ ਨੇ ਗ੍ਰੀਨ ਵੈਜੀਟੇਬਲਸ ਬਣਾਏ ਪਰ ਉਹ ਵੀ ਡੇਲੀ ਕੋਈ ਨਹੀਂ ਖਾਂਦਾ ਕੁਦਰਤ ਨੇ ਨਟਸ ਬਣਾਏ ਉਹ ਵੀ ਡੇਲੀ ਕੋਈ ਨਹੀਂ ਖਾਂਦਾ ਸੋ ਆਈ ਐਮ ਲੱਕੀ ਪਰਸਨ ਕਿ ਮੈਂ ਇਹ ਸਾਰਾ ਕੁਛ ਡੇਲੀ ਖਾਂਦਾ ਥੈਂਕ ਯੂ ਮੈਂ ਤਾਲੀਆਂ ਮਾਰੀ ਜਾ ਰਿਹਾ ਤੁਹਾਡੇ ਜਿਹੜੇ ਅੱਜ ਗੱਲਾਂ ਹੈ ਨਾ ਬੜੀਆਂ ਦਿਲ ਨੂੰ ਲੱਗ ਰਹੀਆਂ ਕਿ ਆਪਾਂ ਕਿਹੜੇ ਜ਼ਮਾਨੇ ਜੀ ਰਹੇ ਹਾਂ ਮੰਮੀ ਬਾਈ ਜੀ ਦੇਖੋ ਯਾਰ ਮਤਲਬ ਇਟਸ ਲਾਈਕ ਐਵਰੀਵਨ ਇਜ਼ ਹੈਵਿੰਗ ਮੈਡੀਸਿਨਸ ਕੈਪਸੂਲ ਤੇ 2 ਮਿੰਟ ਚ ਲੈਣ ਚਲੇ ਜਾਂਦੇ ਆ ਐਂਡ ਇਟਸ ਵੈਰੀ ਗੁੱਡ ਦੈਟ ਯੂ ਆਰ ਗਿਵਿੰਗ ਅ ਸੱਚ ਅ ਨਾਈਸ ਮੈਸੇਜ ਐਨੀਵੇਜ਼ ਕਰੋਨਾ ਚ ਹੁਣ ਤੁਸੀਂ ਪੜ੍ਹਦੇ ਵੀ ਬਹੁਤ ਹੋ ਜਿਮ ਵੀ ਕਰ ਰਹੇ ਹੋ
खेतीबाड़ी भी कर रहे हो, कुछ लिखे है कोरोना के उपर, मतलब आने वाले इस टाइम च इस दौर च कुछ शेयर हो जा रही है? पहली बड़ी गल तो यही है कि मैं जो कोरोना बारे सोचता हैगा ये जां थ्रू द डॉक्टर विश्व रूप राय जां होर जिन्ने भी नॉलेजेबल बंदे थ्रू द वर्ल्ड जिहड़े काम कर रहे ने नैचुरलपैथी के उत्ते काम कर रहे ने उन्होंने जो मैं पढ़ता तो मेरे मन च पहला तो खौफ ही नहीं है इसका। एक जस्ट लाइक ए सिंपल इनफ्लूएंजा है तो पूरी दुनिया च इनफ्लूएंजे बड़े लखां लोग मरते हैं हर साल मरते हैं पर सानू एक मैनू रेंज हैगा एक मैनू इस गल के उत्ते अज के मीडिया के उत्ते ये बड़ा बड़ा तराज हैगा कि साढ़े लोगों इन्ना खौफ क्यों पाया जा रहा है क्यों क्रिकेट स्कोर वगू सू एक एक चीज़ दसी जा रही हैगी। साढ़े हिंदुस्तान के टीबी का 1300 बंदा डेली मरता है, ये गौरमेंट का डेटा है, ये मेरा डेटा नहीं है। 6 लाख तो वह बंदा हर साल मरता है, कदे किसी को पता है कि टीबी का बंदा कितने किड़े घर च मर गया? साढ़े इन्ने लोग एक्सीडेंटा च मरते हैं, इन्ने लोग हार्ट अटैक नाल मरते हैं, इन्ने लोग शुगर नाल मरते हैं, इन्ने लोग किडनी प्रॉब्लम्स के नाल मरते हैं, तो होर किन्निया प्रॉब्लम्स के नाल मरते हैं पर कदे उहदे बारे च नहीं दसते। सो ये WHO जो वर्ल्ड हैल्थ ऑर्गनाइजेशन है वह उन्होंने हुण अमेरिका ने भी दरकिनार कर दिता है। उस तो पहला यूरोपियन यूनियन ने अज तो 10 साल पहला जो H1N1 आया से उदो उन्होंने लुटेरा घोषित किया। जिन्निया फार्मास्यूटिकल कंपनियां ने यह लोगों में खौफ पैदा कर दिया ने डरा पैदा कर दिया ने ताकि असी अपनिया जो साढ़े हिंदुस्तान दिया मेडिसन ने साढ़े को आर्यावैद हैगा साढ़े को नैचुरलपैथी हैगी असी होमोपैथी मानते हैं। साढ़े इतने जो किसी बंदे कहें जी इन करोना हो गया तो वह तो पूछे ही नहीं जा रहा कि तेरा इलाज तू किस पैथी च करना चाहना है तू किस तरह करवाना चाहना है। उन्होंने दे टीका कद HIV का टीका कदे उदे अंदर कहें जी जरा है बचाने के लिए TB वाला टीका ला दो हूँ जड़िया दवाइया ने बड़िया कारगर साबित हो रही ने जड़िया साढ़े हैपीटाइटिस CB दे विच यूज होंदिया ने। सो प्रैक्टिकल कर रहे हैं। सो ए बेहतर ये नहीं कि यह प्रैक्टिकल दे लई कुछ साढ़े नैचुरलपैथी भी दिते जाण बंदे कुछ होमोपैथी दिते जाण है तो कुछ आर्यवैद न दिते जाए बाहरले मुल्क साडिया पैथियां यूज करके ठीक हो रहे हैं तो असं आपदिया पैथियां से यकीन नहीं कर रहे। क्वेश्चन मार्क वेरी थॉटफुल प्रोसेस। एंड सर बेसिकली कोई शायरी या कोई गाना गुना लिखे है या कोई इस टाइम इन्हें गल करते करते कोई यह शेर याद आ रहा हो जो इस सिचुएशन पूरा क्योंकि देखो शहरों शहरी की गल जी है मैं तो लोगों हमेशा ही अपने पंजाबी फोक के नाल इंटरटेन किया है तो करता भी रहागा जिनी देर तक मैं उस जिनी देर तक मैं आपदे उस अलमैटी गॉड ने यह बख्शिया क्योंकि बेसिकली मनीष मैं पंजाबी हाँ तो मैं फकर है मेरे पंजाबी होने से मैं आ पटका भी अपने गल च इसे करके पाया ये पूरा ऊड़ा आड़ा इड़ी ससा कक्का कक्का गगा गगा इंया चचा चचा जजा चजा वो सारा कुछ ये लिखा हुआ है। तो मैं लोगों को दसना चाहना कि यह साड़ी माँ बोली है, है? तो मैं आपकी माँ तो सीखी है। थैंक यू दुनिया के किसी भी कोने चल जाओगे ना तो बोले मैं US का टूर कर रहे मैं क्या सर आजो लाइव हो दो इंडिपेंडेंट होके अपने तौर इस तरह का जरा है तहैया किया वक् तरह जानकारियां साडे लोगों नाल शेयर कर रहे हैं। सो गुड कांग्रेट्स यू कीप इट अप। अपना मोटो है कि न्यूज चैनल जिदा तुम बोलता कि भड़का रहे हैं या कुछ रोज ही कुछ ना कुछ खबर आ जाती है वो ऑथेंटिक भी नहीं होंगी बट मेरा जो मोटिव है इंडिया बोले लॉकडाउन से स्माइल लिया ना लोगों के चेहरे थोड़े थ्रू थ्रू राइट विद द मैसेज। देखो मैं इसे करके कह रहा
कि मैं एक इसे करके कोई इस उत्ते कोरोना दे उत्ते बाहिया तरह दे गाने नहीं लिखे ते ना मैं लिखदा ना मैं गुणगुनाउंदा ते ना ही मैं गुणगुनाउणा क्योंकि एक आफत लोकां दे उत्ते आई हुई है तुसी उत्ते होर आफत उन्हूं चढ़ा रहे हो उन्हूं होर इस तरह दा रंग दे रहे हो तुसी नेचर दे उत्ते कोई गाना गाओ तुसी लोकां दे इंटरटेन करन दे लई उस तरह दा गाना गाओ कि जिहनूं जिहड़े गाने नूं लोक सुन के खुशी महसूस करन ਉਹ ਵਿਚਾਰੇ ਅੱਗੇ ਹੀ ਪਹਿਲਾਂ ਉਸ ਦੁਖਾਤਕ ਪੱਖ ਦੇ ਵਿੱਚੋਂ ਉਸ ਖੌਫ ਦੇ ਪੱਖ ਦੇ ਵਿੱਚ ਬੈਠੇ ਨੇ ਡਰ ਰਹੇ ਨੇ ਤੇ ਮੈਨੂੰ ਇਹ ਇੱਕ ਅਗਲੀ ਗੱਲ ਜਿਹੜੀ ਮਨੀਸ਼ ਮੈਂ ਤੇਰੇ ਨਾਲ ਸਾਂਝੀ ਕਰਨ ਜਾ ਰਿਹਾ ਉਹ ਇਹ ਹੈਗਾ ਕਿ ਜਿਹੜੇ ਤਾਂ ਅਪਰ ਕਲਾਸ ਜਾਂ ਮਿਡਲ ਕਲਾਸ ਦੇ ਲੋਕ ਨੇ ਉਹਨਾਂ ਕੋਲ ਤਾਂ ਇੰਨੀ ਕੁ ਪੂੰਜੀ ਹੈ ਕਿ ਉਹ ਘਰੇ ਬਹਿ ਕੇ ਖਾ ਸਕਦੇ ਨੇ ਪਰ ਮੈਨੂੰ ਸਭ ਤੋਂ ਵੱਡਾ ਦੁੱਖ ਮੇਰੇ ਉਹਨਾਂ ਮਜ਼ਦੂਰ ਦੋਸਤਾਂ ਦਾ ਉਹਨਾਂ ਗਰੀਬ ਕਿਸਾਨਾਂ ਦਾ ਉਹਨਾਂ ਛੋਟੇ ਦੁਕਾਨਦਾਰਾਂ ਦਾ ਉਹਨਾਂ ਰੇਹੜੀ ਵਾਲਿਆਂ ਦਾ ਉਹ ਰੋਜ਼ ਕਮਾ ਕੇ ਖਾਣ ਵਾਲਿਆਂ ਦਾ ਮੈਨੂੰ ਬਹੁਤ ਦੁੱਖ ਹੈ ਸੱਚ ਪੁੱਛਦਾ ਮੈਂ ਆਪਦੀ ਚੈਰਿਟੀ ਲਈ ਆਪਦੇ ਪਿੰਡ ਦੇ ਲੋਕਾਂ ਨੂੰ ਇੱਥੋਂ ਚੈਰਿਟੀ ਕੀਤੀ ਹੈ ਉਹਨਾਂ ਨੂੰ ਪੈਸੇ ਭੇਜੇ ਨੇ ਤਾਂ ਕਿ ਉਹਨਾਂ ਨੂੰ ਜਿਹੜਾ ਰਾਸ਼ਨ ਹੈਗਾ ਉਹ ਮੁਹੱਈਆ ਕੀਤਾ ਜਾਵੇ ਕਿਉਂਕਿ ਮੇਰੇ ਦਿਲ 'ਚ ਵੀ ਇੱਕ ਇਨਸਾਨ ਵੱਸਦਾ ਨਾ ਅਤੇ ਆਈ ਲਵ ਹਿਊਮੈਨਿਟੀ ਮੈਂ ਮਨੁੱਖਤਾ ਨੂੰ ਪਿਆਰ ਕਰਦਾ ਅਤੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਇਹਨਾਂ ਆਫਤਾਂ ਦੇ ਵਿੱਚ ਨਾ ਰੰਗ ਨਾ ਭੇਦ ਨਾ ਧਰਮ ਨਾ ਜਾਤ ਕੁਛ ਨਹੀਂ ਵੇਖਣਾ ਚਾਹੀਦਾ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਇਨਸਾਨ ਦੇਖਣਾ ਚਾਹੀਦਾ ਕਿ ਅਸੀਂ ਇਨਸਾਨ ਹਾਂ ਤੇ ਮੂਹਰਲਾ ਵੀ ਇਨਸਾਨ ਹੈ ਤੇ ਉਹ ਇਨਸਾਨ ਜੇ ਉਹਦੇ ਉਹ ਭੁੱਖ ਹੈ ਪੇਟ ਤੋਂ ਕਿਤੇ ਇਹ ਨਾ ਹੋਵੇ ਕਿ ਉਹ ਇਸ ਬਿਮਾਰੀ ਜਾਂ ਆਫਤ ਨਾਲ ਤਾਂ ਮਰੇ ਨਾ ਮਰੇ ਪਰ ਉਹ ਭੁੱਖ ਨਾਲ ਜ਼ਰੂਰ ਮਰ ਜਾਊਗਾ ਜੇ ਨਾ ਉਸਨੂੰ ਅਸੀਂ ਪ੍ਰੋਪਰ ਕਹਿੰਦੇ ਨੇ ਸਾਡਾ ਸਾਡੀਆਂ ਸਰਕਾਰਾਂ ਸਾਡੇ ਐਡਮਿਨਿਸਟ੍ਰੇਸ਼ਨ ਸਾਡੀਆਂ ਪ੍ਰਾਈਵੇਟ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਕੰਮ ਤੇ ਬਹੁਤ ਕਰ ਰਹੀਆਂ ਨੇ ਪਰ ਫਿਰ ਵੀ ਉਸ ਲੈਵਲ ਤੇ ਉੱਥੇ ਤੱਕ ਉਸ ਦਰ ਤੱਕ ਪਹੁੰਚਣਾ ਬਹੁਤ ਔਖਾ ਹੈ ਸਾਰਿਆਂ ਦੇ ਲਈ ਸੋ ਮੈਂ ਦੁਆ ਕਰਦਾ ਉਮੀਦ ਕਰਦਾ ਕਿ ਇਹ ਲੋਕਡਾਊਨ ਜਲਦੀ ਖਤਮ ਹੋਵੇ ਤਾਂ ਕਿ ਉਹ ਰੋਟੀ ਰੋਜ਼ੀ ਕਮਾਉਣ ਵਾਲੇ ਲੋਕ ਬਾਹਰ ਆਉਣ ਤੇ ਕਮਾਉਣ Superb, sir. Even we also want the same. And you are at your home right now. Hey, sir, is it possible ki jede loki is time tode jude tode apni peri peri gallan dekh rahe hai, they want to see your home. Is it possible ki mobile ko maar sakde ho apne gym? Haan, sure. Why not? I'm driving level bus. This will be badi trip karti hai. I'm driving less bus. It's I'm sitting in my bedroom. I think so. Okay. So, ਮੇਰੀ ਲੋਬੀ ਵੀ ਹੈ ਤੇ ਮੈਂ ਹੁਣ ਆਪਦਾ ਦਿਖਾਉਣਾ ਤੇ ਜਿਹੜੀ ਕੱਲ ਮੈਂ ਫਾਰਮਿੰਗ ਕੀਤੀ ਹੈ ਉਹ ਬੈਕ ਯਾਰਡ ਆਫ ਮਾਈ ਹੋਮ ਤੇ ਆ ਵੇਖੋ ਬਹੁਤ ਕੁਛ ਜ਼ਿੰਦਗੀ ਮਿਲੀ ਹੈ ਆ ਮੇਰੇ ਗ੍ਰੈਂਡ ਨਾਨਾ ਜੀ ਆ ਮੇਰੇ ਦਾਦਾ ਜੀ ਇਹ ਦੋਨੋਂ ਹੀ ਬਸ ਵਾਕਿੰਗ ਇਨ ਦਾ ਆਰਮੀ ਤੇ ਸਾਡੀ ਸਾਰੀ ਫੈਮਿਲੀ ਜਿਹੜੀ ਹੈਗੀ ਹੈ ਉਹ ਆਰਮੀ ਦੀ ਫੈਮਿਲੀ ਤੇ ਪਰ ਮਾਈ ਫਾਦਰ ਵਾਸ ਫਰੀਡਮ ਫਾਈਟਰ ਤੇ ਮੇਰੇ ਅੰਕਲ ਉਹ ਵੀ ਫਰੀਡਮ ਫਾਈਟਰ ਇੱਕ ਘਰ 'ਚ ਦੋ ਫਰੀਡਮ ਫਾਈਟਰ ਸਨ ਹੈਂ ਸੋ ਮੈਂ ਜਿਹੜਾ ਹੈਗਾ ਉਹ ਇੰਜੋਏ ਕਰ ਰਿਹਾ ਹੈਂ ਤੇ ਬਾਕੀ ਜਿਹੜਾ ਹੈਗਾ ਆਊਟਰ ਤੁਹਾਨੂੰ ਦਿਖਾ ਦੇਣਾ ਥੋੜਾ ਜਿਹਾ ਤੇ ਕਰਦਾ ਬਿਲਕੁਲ ਬਿਲਕੁਲ ਸਰ ਬੇਸਿਕਲੀ 10 ਕਿਲੋਮੀਟਰ ਰੋਜ਼ ਦੀ ਸੈਰ ਕਰਨਾ ਇਟਸ ਅ ਚੈਲੰਜਿੰਗ ਜੌਬ ਐਂਡ ਯੂ ਆਰ ਡੂਇੰਗ ਹਾਂ ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਮੇਰੀ ਜਿਹੜੀ ਉਹ ਵੇਖੋ ਮੇਰੀ ਲਾਸਟ ਕੰਧ ਹੈਗੀ ਆ ਇਥੋਂ ਕੋਈ 200 ਫੁੱਟ ਦੇ ਉੱਤੇ ਮੇਰਾ ਫਰੰਟ ਹੈ ਹਾਂਜੀ ਤੇ ਆਹ ਮੇਰੇ ਦਰਖਤ ਨੇ ਆਹ ਮੇਰੇ ਮੈਂਗੋਜ਼ ਅੰਬ ਲੱਗੇ ਹੋਏ ਨੇ ਉਹ ਪਿੱਛੇ ਗਾਵਾ ਲੱਗਿਆ ਹੋਇਆ ਤੇ ਉਧਰ ਮੇਰਾ ਕਹਿੰਦੇ ਨੇ ਜਿਹੜਾ ਹੈਗਾ ਨਿੰਬੂ ਲੱਗਿਆ ਹੋਇਆ ਇਹ ਸਾਰਾ ਇਹ ਆ ਮੇਰੀ ਇੱਕ ਨੈਕਸੀ ਹੈਗੀ ਕਰਦੀ ਜਿਹਦੇ 'ਚ ਮੇਰੇ ਆਰਟਿਸਟ ਵਗੈਰਾ ਸਾਰੇ ਆਉਂਦੇ ਨੇ ਸੋ ਆ ਲਾਸਟ ਕੰਧ ਤੋਂ ਲੈ ਕੇ ਤੇ ਇੱਥੋਂ ਲੈ ਕੇ ਤੇ
ਮੈਂ ਬਿਲਕੁਲ ਸਟ੍ਰੇਟ ਵੇ ਜਾਣਾ ਇੱਥੋਂ ਤੁਰ ਕੇ ਤੇ ਆ ਮੈਂ ਜਾ ਰਿਹਾ ਹੁਣ ਇੱਧਰ ਮੇਰੀ ਗੱਡੀ ਕੰਦਰ ਖੜੀ ਹੈ ਹਾਂਜੀ ਗਰਾਜ ਦੇ ਵਿੱਚ ਸੋ ਆ ਮੇਰੇ ਸਾਰੇ ਪਲਾਂਟੇਸ਼ਨ ਕੀਤੀ ਹੋਈ ਆ ਘਰ ਦੇ ਆ ਮੇਰਾ ਘਰ ਦਾ ਲੋਨ ਹੈਗਾ ਹਾਂਜੀ ਸੋ ਜਿਹੜਾ ਹੈਗਾ ਮੈਂ ਜਦੋਂ ਕਹਿੰਦੇ ਨੇ ਇੱਥੇ ਕਰਦਾ ਸੈਰ ਤਾਂ ਉਹ ਵਾਕਈ ਉਹ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਆਓ ਉੱਥੇ ਤੱਕ ਮੈਂ ਜਾਂਦਾ ਮਤਲਬ ਕਿ ਆਪਦੇ ਘਰ ਦੇ ਲਾਸਟ ਉਸ ਤੱਕ ਤੇ ਇਹ ਮੇਰੇ ਇੱਕ ਇੱਕ ਪਾਸੇ ਦਾ ਜਿਹੜਾ ਹੈਗਾ ਉਹ ਕੋਈ 200 ਸਟੈਪ ਹੋ ਜਾਂਦੇ ਨੇ ਇੱਕ ਸਾਈਡ ਦੇ ਆ ਮੇਰੀ ਆਊਟਰ ਹੈਗਾ ਘਰ ਦਾ ਸੋ ਮੈਂ ਕੋਸ਼ਿਸ਼ ਕੀਤੀ ਹੋਈ ਹੈ ਕਿ ਆਪਦਾ ਆਲਾ ਦੁਆਲਾ ਜਿਹੜਾ ਹੈਗਾ ਉਹਨੂੰ ਇੰਨਾ ਕੁ ਗ੍ਰੀਨ ਰੱਖਾਂ ਤਾਂ ਕਿ ਆਉਣ ਵਾਲਾ ਵੀ ਲੋਕਾਂ ਨੂੰ ਮਹਿਸੂਸ ਹੋਵੇ ਕਿ ਆ ਲਓ ਜੀ ਆ ਮੇਰੀ ਕੋਠੀ ਹੈਗੀ ਹੈ ਅਰੇ ਸੁਪਰਬ ਸੁਪਰਬ ਸਰ ਸੁਪਰਬ ਸਰ ਬਹੁਤ ਬਹੁਤ ਵਧੀਆ ਸਰ ਦਿਲ ਕਰ ਰਿਹਾ ਕਿ ਬਸ ਹੁਣ ਫਟਾਫਟ ਲੋਕਡਾਊਨ ਖਤਮ ਹੋਏ ਤੇ ਮੈਂ ਆਵਾਂ ਸਰ ਤੁਹਾਡੇ ਕੋਲ ਐਂਡ ਐਸ ਸੂਨ ਐਸ ਆਈ ਵਿਲ ਸਟਾਰਟ ਆਈ ਵਿਲ ਜੌਗ ਵਿਦ ਯੂ ਇਨ ਯੋਰ ਕੋਠੀ ਆਓ ਜੀ ਆਓ ਵੈਲਕਮ ਠੀਕ ਹੈ ਐਨੀ ਟਾਈਮ ਯੂ ਵੈਲਕਮ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਛੋਟੀ ਜਿਹੀ ਮੁਲਾਕਾਤ ਸੀ ਵੈਬ 'ਚ ਮੁਲਾਕਾਤ ਸੀ ਬਟ ਜਿਹੜਾ ਫੋਕ ਅੰਦਾਜ਼ ਹੈ ਤੁਹਾਡਾ ਉਹ ਅੰਦਾਜ਼ ਤੇ ਬੇਸਿਕਲੀ ਸਾਰੇ ਸੁਣੇ ਬਗੈਰ ਤੇ ਜਾ ਨਹੀਂ ਸਕਦੇ ਕੁਛ ਫੋਕ ਅੰਦਾਜ਼ 'ਚ ਆਪਣੇ ਅੰਦਾਜ਼ ਸਰ ਹਾਂ ਹਾਂ ਹੁੰਨੀ ਮੈਂ ਪਾਣੀ ਭਰੇ ਨੀਆਂ ਪਤਣੋ ਬੜੇ ਨੈਣ ਹੋ ਬੜੇ ਨੈਣ ਨਾਰੇ ਦੇ ਤੱਕਣੋ ਅੱਲਾ ਜਾਣੇ ਓਏ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਠਾ ਢੋਲ ਉਹ ਮੈਠਾ ਢੋਲ ਜਵਾਨੀ ਅਮਾਨੇ ਅੱਲਾ ਜਾਣੇ ਤੇ ਯਾਰ ਨਾ ਜਾਣੇ ਮੈਠਾ ਢੋਲ ਜਵਾਨੀ ਅਮਾਨੇ ਸੁਪਰ ਤੋ ਸਰ ਬਾਏ ਕਰ ਦਿੰਦੇ ਹਾਂ ਤੁਹਾਨੂੰ ਸਰ ਨਾਈਸ ਟਾਕਿੰਗ ਟੂ ਯੂ ਐਨੀ ਵਨ ਲਾਈਨ ਫੋਰ ਆਰ ਆਡੀਅੰਸ ਹੂ ਇਜ਼ ਵਾਚਿੰਗ ਆਡੀਅੰਸ ਨੂੰ ਮੈਂ ਇੱਕੋ ਰਿਕੁਐਸਟ ਕਰਨੀ ਚਾਹੁੰਦਾ ਸਾਰੇ ਜੋ ਅੱਜ ਤੁਹਾਡੇ ਇੱਥੇ ਲਾਈਵ ਇਸ ਪ੍ਰੋਗਰਾਮ ਦੇ ਨਾਲ ਜੁੜੇ ਨੇ ਤੇ ਤੁਸੀਂ ਬਾਅਦ ਚ ਇਹਨੂੰ ਮੈਨੂੰ ਲੱਗਦਾ ਯੂਟਿਊਬ ਦੇ ਉੱਤੇ ਵੀ ਨਸ਼ਰ ਕਰੋਗੇ ਸੋ ਸਾਰਿਆਂ ਨੂੰ ਮੇਰੀ ਗੁਜ਼ਾਰਿਸ਼ ਕਿ ਸਭ ਤੋਂ ਪਹਿਲਾਂ ਆਪਦੇ ਮਨਾਂ ਦੇ ਵਿੱਚੋਂ ਖੌਫ ਕੱਢੋ ਕਰੋਨਾ ਦਾ ਇਸੇ ਜਸਟ ਸਿੰਬਲ ਇਨਫਲੂਐਂਜ਼ਾ ਹੈਗਾ ਤੇ ਉਸਨੂੰ ਤੁਸੀਂ 3 ਸਟੈਪਸ ਦੇ ਵਿੱਚ ਘਰੇ ਬਹਿ ਕੇ ਠੀਕ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈਗਾ ਤੇ ਯੂ ਗੋ ਫੋਰ ਟੂ ਦਾ ਵੈਬਸਾਈਟ ਆਫ ਦਾ WWW ਡਾਕਟਰ ਵਿਸ਼ਵਰੂਪ ਰਾਏ ਤੇ ਉਹਨਾਂ ਨੂੰ ਯੂਟਿਊਬ ਦੇ ਉੱਤੇ ਵੀ ਫਾਇੰਡ ਆਊਟ ਕਰ ਸਕਦੇ ਹੋ ਉਹਨਾਂ ਨੂੰ ਫੇਸਬੁੱਕ ਦੇ ਉੱਤੇ ਵੀ ਫਾਇੰਡ ਆਊਟ ਕਰ ਸਕਦੇ ਹੋ ਸੋ ਉਹਨਾਂ ਨੇ ਬਹੁਤ ਹੀ ਸਿੰਪਲ ਵੇ ਦੇ ਨਾਲ ਸਮਝਾਇਆ ਹੈਗਾ ਸੋ ਪੈਨਿਕ ਨਹੀਂ ਹੋਣਾ ਬਿਲਕੁਲ ਤੇ ਬਾਕੀ ਇੰਜੋਏ ਕਰੋ ਤੇ ਲੋਕਡਾਊਨ ਜੋ ਸਰਕਾਰ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਮੰਨ ਕੇ ਆਪਦੇ 'ਤੇ ਲਾਗੂ ਕਰਕੇ ਆਪਦੇ ਘਰਾਂ 'ਚ ਰਹੋ ਤਾਂ ਕਿ ਅਸੀਂ ਆਪਦੇ ਵੱਲੋਂ ਕੋਈ ਇਹ ਲਾਂਭਾ ਨਾ ਪੇਸ਼ ਕਰੀਏ ਕਿ ਅਸੀਂ ਆਪਦੇ ਘਰਾਂ ਦੀ ਹੱਦਾਂ ਟੱਪ ਕੇ ਬਾਹਰ ਤੁਰੇ ਫਿਰਦੇ ਹਾਂ ਅਤੇ ਜਾਣਾ ਵੀ ਕਿੱਥੇ ਹੈ ਸਭ ਕੁਛ ਬੰਦ ਹੈ ਭਰਾਵੋ ਹਾਂ ਜਿਹੜੇ ਮੇਰੇ ਕਿਸਾਨ ਭਰਾ ਨੇ ਮਜ਼ਦੂਰ ਭਰਾ ਨੇ ਉਹਨਾਂ ਨੂੰ ਮੇਰਾ ਸਲੂਟ ਅਤੇ ਪੁਲਿਸ ਵਾਲੇ ਅਤੇ ਡਾਕਟਰਸ ਨੂੰ ਮੇਰਾ ਸਲੂਟ ਅਤੇ ਇੱਕ ਵਾਰ ਫਿਰ ਹੱਸਦੇ ਵੱਸਦੇ ਰਹੋ ਜਿੰਦਾਬਾਦ ਪੰਜਾਬੀ ਸੁਪਰਬ ਥੈਂਕ ਯੂ ਸਰ ਐਂਡ ਥੈਂਕ ਯੂ ਵੈਰੀ ਮਚ ਫੋਰ ਸੋ ਵੈਰੀ ਗੁੱਡ ਥਿੰਗਸ ਸੱਚ ਅ ਗ੍ਰੇਟ ਟਾਕ ਸਰ ਨਾਈਸ ਟਾਕਿੰਗ ਟੂ ਯੂ ਸੋ ਨਾਈਸ ਬਾਏ ਬਾਏ